ਬੀਪੀ ਜੀ, ਦੋ ਤਿੰਨ ਚੀਜ਼ਾਂ ਤੁਹਾਡੇ ਕੋਲ ਸਮਝਣਾ ਚਾਹੁੰਦੇ ਹਾਂ। ਇੱਕ ਤਾਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ, ਕੀ ਉਹ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਸਮਾਗਮ ਚ ਹਿੱਸਾ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ? ਨਹੀਂ, ਤਨਖਾਹੀਆ ਵਿਅਕਤੀ ਜਿਹੜਾ ਉਹ ਕੋਈ ਮੀਟਿੰਗ ਨਹੀਂ ਕਰ ਸਕਦਾ, ਉਹ ਪੰਥਕ ਸਫਾ ਚੋਂ ਬਾਹਰ ਹੋ ਜਾਂਦਾ। ਸਭ ਤੋਂ ਵੱਡੀ ਗੱਲ ਇਹ, ਜੋ ਪੰਥਕ ਸਫਾ ਚੋਂ ਬਾਹਰ ਹੋ ਗਿਆ, ਨਾ ਉਹ ਕੋਈ ਮੀਟਿੰਗ ਕਰ ਸਕਦਾ, ਨਾ ਕਿਸੇ ਸਮਾਗਮ ਚ ਜਾ ਸਕਦਾ, ਔਰ ਨਾ ਹੀ ਉਹਦੇ ਨਾਲ ਕੋਈ ਮੇਲ ਮਿਲਾਪ ਕਰ ਸਕਦਾ। ਸੁਖਬੀਰ ਸਿੰਘ ਬਾਦਲ ਹੁਣ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਇਹ ਚਾਰ ਜਿਮਨੀ ਚੋਣਾਂ ਚ ਈਵਨ ਸੰਗਤ ਵੀ ਜਿਹੜੀ ਹੈ, ਲੋਕ ਵੀ ਜਿਹੜੇ ਹੈ ਉਹਦੇ ਨਾਲ ਸੰਪਰਕ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਤਨਖਾਹੀਆਂ ਬਣ ਜਾਣਗੇ। ਚਾਰ ਜਿਮਨੀ ਚੋਣਾਂ ਚ ਯਾਨੀ ਕਿ ਉਹ ਪ੍ਰਚਾਰ ਵੀ ਨਹੀਂ ਕਰ ਸਕਣਗੇ? ਮੈਂ ਕਿਹਾ ਚੋਣਾਂ ਦੀ ਤੇ ਗੱਲ ਹੀ ਛੱਡੋ, ਇਹ ਤੇ ਰੋਜ਼ਾਨਾ ਜ਼ਿੰਦਗੀ ਚ ਨਹੀਂ ਕਿਸੇ ਨਾਲ ਮਿਲ ਸਕਦਾ। ਜਥੇਦਾਰ ਸਾਹਿਬ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ? ਮੈਂ ਇਸ ਕਰਕੇ ਥੋੜੀ ਸੰਤੁਸ਼ਟ ਹਾਂ ਕਿ ਕਮ ਸੇ ਕਮ ਲੋਕਾਂ ਦੇ ਵਿੱਚ, ਦੁਨੀਆਂ ਵਿੱਚ ਇਹ ਗੱਲ ਦਾ ਪਤਾ ਲੱਗ ਗਿਆ। ਇੱਕੋ ਧਰਮ ਹੈ ਜਿਸ ਦਾ ਉਹ ਮਹਾਨ ਤਖਤ ਹੈ, ਜਿਸ ਤਖਤ ਦੀ ਹੋਂਦ ਹੈ ਕੋਈ, ਤੇ ਉਹ ਤਖਤ ਜਿਹੜਾ ਸੰਦੇਸ਼ ਵੀ ਦੇ ਸਕਦਾ, ਉਹ ਤਖਤ ਆਦੇਸ਼ ਵੀ ਦੇ ਸਕਦਾ, ਉਹ ਤਖਤ ਸਜ਼ਾ ਵੀ ਦੇ ਸਕਦਾ, ਤੇ ਉਹਦੇ ਅੱਗੇ ਸਾਰੀ ਕੌਮ ਝੁਕਦੀ ਹੈ। ਇਸ ਕਰਕੇ ਸਾਡੇ ਉਸ ਤਖਤ ਦੀ ਸੁਪਰਮੇਸੀ ਜਿਹੜੀ ਹੈ, ਸਾਡੇ ਉਸ ਤਖਤ ਦੀ ਜਿਹੜੀ ਸਰਵਉੱਚ ਉੱਚਤਾ ਜਿਹੜੀ ਹੈ, ਉਹ ਬਹਾਲ ਹੋਵੇ, ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਹੈ। ਉਹਨਾਂ ਨੇ ਕੈਬਨਿਟ ਨੂੰ ਵੀ ਕਿਹਾ ਕਿ ਤੁਸੀਂ ਕੈਬਨਿਟ ਦਾ ਹਿੱਸਾ ਸੀ, ਉਹਨਾਂ ਨੂੰ ਵੀ ਪੇਸ਼ ਹੋਣਾ ਹੋਏਗਾ, ਸਪਸ਼ਟੀਕਰਨ ਦੇਣਾ ਹੋਏਗਾ। ਤੁਸੀਂ ਕਦੋਂ ਜਾ ਰਹੇ ਹੋ? ਅਸੀਂ ਤੇ ਆਪ ਪਹਿਲਾਂ ਜਾ ਕੇ ਉੱਥੇ ਦਰਖਾਸਤ ਦਿੱਤੀ ਹੈ। ਦੁਬਾਰਾ ਜਾਣਾ ਹੋਏਗਾ? ਸੁਣੋ ਤਾਂ ਸਹੀ, ਅਸੀਂ ਤੇ ਆਪ ਪਹਿਲਾਂ ਦਰਖਾਸਤ ਦਿੱਤੀ ਹੈ ਵੀ ਅਸੀਂ ਪਾਰਟੀ ਦਾ ਹਿੱਸਾ ਵੀ ਰਹੇ ਹਾਂ, ਅਸੀਂ ਸਰਕਾਰ ਦਾ ਹਿੱਸਾ ਵੀ ਰਹੇ ਹਾਂ। ਪਰ ਜਿੱਥੇ ਤੱਕ ਮੇਰੀ ਗੱਲ ਹੈ ਕੈਬਨਿਟ ਦੀ, ਮੈਂ 14 ਮਾਰਚ ਨੂੰ ਸਹੁੰ ਚੁੱਕਦੀ ਹਾਂ ਤੇ 30 ਮਾਰਚ ਨੂੰ ਮੈਂ ਅਸਤੀਫਾ ਦੇ ਦਿੰਦੀ ਹਾਂ। ਮੇਰੀ ਉਸ ਸਮੇਂ ਦੇ ਦੌਰਾਨ ਨਾ ਕੋਈ ਕੈਬਨਿਟ ਦੀ ਸ਼ਾਇਦ ਇੱਕ ਦੀ ਮੀਟਿੰਗ ਹੋਈ ਹੋਏਗੀ, ਤੇ ਨਾ ਕੋਈ ਕਿਸੇ ਜਿਹੜੀਆਂ ਉੱਥੇ 4 ਗੱਲਾਂ ਲਿਖੀਆਂ ਨੇ ਉਹਨਾਂ ਮੇਰਾ ਕੋਈ ਨਾ ਸੰਬੰਧ ਹੈ, ਨਾ ਕੋਈ ਮੇਰੇ ਫੈਸਲੇ 'ਚ ਹੈ, ਨਾ ਮੈਂ ਕੋਈ ਉਹਦੀ ਸਲਾਹ ਵਿੱਚ ਹੈ। ਹੁਣ ਅੱਗੇ ਕੀ ਪੰਥ ਦੀ ਏਕਤਾ ਵਾਸਤੇ ਅਰਦਾਸ ਕਰਾਂਗੇ ਜੀ। ਬੀਪੀ ਜੀ, ਦੋ ਤਿੰਨ ਚੀਜ਼ਾਂ ਤੁਹਾਡੇ ਕੋਲ ਸਮਝਣਾ ਚਾਹੁੰਦੇ ਹਾਂ। ਇੱਕ ਤਾਂ ਤਨਖਾਹੀਆ ਕਰਾਰ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ, ਕੀ ਉਹ ਸਿਆਸੀ ਤੌਰ ਤੇ ਧਾਰਮਿਕ ਤੌਰ ਤੇ ਕਿਸੇ ਸਮਾਗਮ ਚ ਹਿੱਸਾ ਹੁੰਦੇ ਨੇ ਜਾਂ ਨਹੀਂ ਹੁੰਦੇ ਨੇ? ਨਹੀਂ, ਤਨਖਾਹੀਆ ਵਿਅਕਤੀ ਜਿਹੜਾ ਉਹ ਕੋਈ ਮੀਟਿੰਗ ਨਹੀਂ ਕਰ ਸਕਦਾ, ਉਹ ਪੰਥਕ ਸਫਾ ਚੋਂ ਬਾਹਰ ਹੋ ਜਾਂਦਾ। ਸਭ ਤੋਂ ਵੱਡੀ ਗੱਲ ਇਹ, ਜੋ ਪੰਥਕ ਸਫਾ ਚੋਂ ਬਾਹਰ ਹੋ ਗਿਆ, ਨਾ ਉਹ ਕੋਈ ਮੀਟਿੰਗ ਕਰ ਸਕਦਾ, ਨਾ ਕਿਸੇ ਸਮਾਗਮ ਚ ਜਾ ਸਕਦਾ, ਔਰ ਨਾ ਹੀ ਉਹਦੇ ਨਾਲ ਕੋਈ ਮੇਲ ਮਿਲਾਪ ਕਰ ਸਕਦਾ। ਸੁਖਬੀਰ ਸਿੰਘ ਬਾਦਲ ਹੁਣ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਇਹ ਚਾਰ ਜਿਮਨੀ ਚੋਣਾਂ ਚ ਈਵਨ ਸੰਗਤ ਵੀ ਜਿਹੜੀ ਹੈ, ਲੋਕ ਵੀ ਜਿਹੜੇ ਹੈ ਉਹਦੇ ਨਾਲ ਸੰਪਰਕ ਨਹੀਂ ਕਰ ਸਕਦੇ, ਕਿਉਂਕਿ ਉਹ ਵੀ ਤਨਖਾਹੀਆਂ ਬਣ ਜਾਣਗੇ। ਚਾਰ ਜਿਮਨੀ ਚੋਣਾਂ ਚ ਯਾਨੀ ਕਿ ਉਹ ਪ੍ਰਚਾਰ ਵੀ ਨਹੀਂ ਕਰ ਸਕਣਗੇ? ਮੈਂ ਕਿਹਾ ਚੋਣਾਂ ਦੀ ਤੇ ਗੱਲ ਹੀ ਛੱਡੋ, ਇਹ ਤੇ ਰੋਜ਼ਾਨਾ ਜ਼ਿੰਦਗੀ ਚ ਨਹੀਂ ਕਿਸੇ ਨਾਲ ਮਿਲ ਸਕਦਾ। ਜਥੇਦਾਰ ਸਾਹਿਬ ਦੇ ਇਸ ਫੈਸਲੇ ਨੂੰ ਤੁਸੀਂ ਕਿਵੇਂ ਦੇਖਦੇ? ਮੈਂ ਇਸ ਕਰਕੇ ਥੋੜੀ ਸੰਤੁਸ਼ਟ ਹਾਂ ਕਿ ਕਮ ਸੇ ਕਮ ਲੋਕਾਂ ਦੇ ਵਿੱਚ, ਦੁਨੀਆਂ ਵਿੱਚ ਇਹ ਗੱਲ ਦਾ ਪਤਾ ਲੱਗ ਗਿਆ। ਇੱਕੋ ਧਰਮ ਹੈ ਜਿਸ ਦਾ ਉਹ ਮਹਾਨ ਤਖਤ ਹੈ, ਜਿਸ ਤਖਤ ਦੀ ਹੋਂਦ ਹੈ ਕੋਈ, ਤੇ ਉਹ ਤਖਤ ਜਿਹੜਾ ਸੰਦੇਸ਼ ਵੀ ਦੇ ਸਕਦਾ, ਉਹ ਤਖਤ ਆਦੇਸ਼ ਵੀ ਦੇ ਸਕਦਾ, ਉਹ ਤਖਤ ਸਜ਼ਾ ਵੀ ਦੇ ਸਕਦਾ, ਤੇ ਉਹਦੇ ਅੱਗੇ ਸਾਰੀ ਕੌਮ ਝੁਕਦੀ ਹੈ। ਇਸ ਕਰਕੇ ਸਾਡੇ ਉਸ ਤਖਤ ਦੀ ਸੁਪਰਮੇਸੀ ਜਿਹੜੀ ਹੈ, ਸਾਡੇ ਉਸ ਤਖਤ ਦੀ ਜਿਹੜੀ ਸਰਵਉੱਚ ਉੱਚਤਾ ਜਿਹੜੀ ਹੈ, ਉਹ ਬਹਾਲ ਹੋਵੇ, ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਹੈ। ਉਹਨਾਂ ਨੇ ਕੈਬਨਿਟ ਨੂੰ ਵੀ ਕਿਹਾ ਕਿ ਤੁਸੀਂ ਕੈਬਨਿਟ ਦਾ ਹਿੱਸਾ ਸੀ, ਉਹਨਾਂ ਨੂੰ ਵੀ ਪੇਸ਼ ਹੋਣਾ ਹੋਏਗਾ, ਸਪਸ਼ਟੀਕਰਨ ਦੇਣਾ ਹੋਏਗਾ। ਤੁਸੀਂ ਕਦੋਂ ਜਾ ਰਹੇ ਹੋ? ਅਸੀਂ ਤੇ ਆਪ ਪਹਿਲਾਂ ਜਾ ਕੇ ਉੱਥੇ ਦਰਖਾਸਤ ਦਿੱਤੀ ਹੈ। ਦੁਬਾਰਾ ਜਾਣਾ ਹੋਏਗਾ? ਸੁਣੋ ਤਾਂ ਸਹੀ, ਅਸੀਂ ਤੇ ਆਪ ਪਹਿਲਾਂ ਦਰਖਾਸਤ ਦਿੱਤੀ ਹੈ ਵੀ ਅਸੀਂ ਪਾਰਟੀ ਦਾ ਹਿੱਸਾ ਵੀ ਰਹੇ ਹਾਂ, ਅਸੀਂ ਸਰਕਾਰ ਦਾ ਹਿੱਸਾ ਵੀ ਰਹੇ ਹਾਂ। ਪਰ ਜਿੱਥੇ ਤੱਕ ਮੇਰੀ ਗੱਲ ਹੈ ਕੈਬਨਿਟ ਦੀ, ਮੈਂ 14 ਮਾਰਚ ਨੂੰ ਸਹੁੰ ਚੁੱਕਦੀ ਹਾਂ ਤੇ 30 ਮਾਰਚ ਨੂੰ ਮੈਂ ਅਸਤੀਫਾ ਦੇ ਦਿੰਦੀ ਹਾਂ। ਮੇਰੀ ਉਸ ਸਮੇਂ ਦੇ ਦੌਰਾਨ ਨਾ ਕੋਈ ਕੈਬਨਿਟ ਦੀ ਸ਼ਾਇਦ ਇੱਕ ਦੀ ਮੀਟਿੰਗ ਹੋਈ ਹੋਏਗੀ, ਤੇ ਨਾ ਕੋਈ ਕਿਸੇ ਜਿਹੜੀਆਂ ਉੱਥੇ 4 ਗੱਲਾਂ ਲਿਖੀਆਂ ਨੇ ਉਹਨਾਂ ਮੇਰਾ ਕੋਈ ਨਾ ਸੰਬੰਧ ਹੈ, ਨਾ ਕੋਈ ਮੇਰੇ ਫੈਸਲੇ 'ਚ ਹੈ, ਨਾ ਮੈਂ ਕੋਈ ਉਹਦੀ ਸਲਾਹ ਵਿੱਚ ਹੈ।
ਹੁਣ ਅੱਗੇ ਕੀ ਹੁਣ ਅੱਗੇ ਕੀ ਪੰਥ ਦੀ ਏਕਤਾ ਵਾਸਤੇ ਅਰਦਾਸ ਕਰਾਂਗੇ ਜੀ।